आखिरकार पुलिस ने मोगा कोटकपुरा रोड से गांव चंद पुराना से मंदिर में माथा टेकने आए अगवा हुए जगरूप सिंह को बरामद कर लिया है। वहीं पुलिस ने चार पांच अगवाकारों में से एक को जिला लुधियाना के अधीन पड़ते गांव चक्कर से एक अगवाकार को भी गिरफ्तार कर लिया है, जिसे कोर्ट में पेश कर पुलिस रिमांड पर लिया गया है और पूछताछ की जा रही है कि उसके साथ और कौन कौन आरोपी हैं और किस कारण जगरूप सिंह को अगवा किया गया था। जब इस बारे अगवा हुए युवक के साथ उसके फोन पर इस बारे जानकारी लेनी चाही तो उसने कुछ भी बोलने से इनकार कर दिया। डीएसपी केसर सिंह ने बताया कि बीते दिन पुलिस को सूचना मिली थी कि जगरूप सिंह अपनी पत्नी सहित मोगा कोटकपुरा सड़क पर बने मंदिर में माथा टेकने आया था और कुछ लोगों ने उसके साथ मारपीट कर और उसकी कार सहित उसको अगवा कर लिया था। पुलिस ने चारों ओर नाकेबंदी कर जिला लुधियाना के गांव चक्कर से बरामद कर लिया है और एक और अगवाकार को भी गिरफ्तार कर लिया है, जिसे कोर्ट में पेश कर रिमांड पे लिया गया है। तो सर, एक कोटपुरा बाईपास तो किडनैपिंग हुई है बंदे की, एक ही से सारा मामला के बंदा की बरामद हो गया। ਫਿਕਰ ਵਿੱਚ ਕਰਮਜੀਤ ਕੌਰ ਪਤਨੀ ਜਗਰੂਪ ਸਿੰਘ ਆਪਣੇ ਘਰ ਵਾਲੇ ਜਗਰੂਪ ਨਾਲ ਬਿਜਲੀ ਗ੍ਰਿਡ ਦੇ ਨਾਲ ਲੱਗਦੇ ਮੰਦਰ 'ਚ ਮੱਥਾ ਟੇਕਣ ਆਏ ਸੀਗੇ। ਉੱਥੇ ਇਹਨਾਂ ਨੂੰ ਜਿਹੜਾ ਸੀਗਾ ਜਗਰੂਪ ਨੂੰ ਪੰਜ ਛੇ ਜਿਹੜੇ ਸੀ ਵਿਅਕਤੀਆਂ ਨੇ ਕੁੱਟਮਾਰ ਕਰਕੇ ਅਗਵਾ ਕਰ ਲਿਆ ਸੀਗਾ, ਅਤੇ ਜਿਹਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ ਜਿਹੜਾ ਹੈਗਾ ਉਹ ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਨੂੰ ਵਧਾਈ ਮੁਕੱਦਮੇ ਦੇ ਘਰ ਵਾਲੇ ਜਗਰੂਪ ਸਿੰਘ ਨੂੰ ਸਮੇਤ ਦੋਸ਼ੀ ਮਨਪ੍ਰੀਤ ਸਿੰਘ ਕਾਬੂ ਕਰ ਲਿਆ ਅਤੇ ਜਿਹੜਾ ਹੈਗਾ ਜਗਰੂਪ ਸਿੰਘ ਉਹਦੇ ਵਾਰਸ ਦੇ ਹਵਾਲੇ ਸਹੀ ਸਲਾਮ ਕਰਕੇ ਮੁਰਜੋਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ। ਸਰ, ਕਿੱਥੋਂ ਬਰਾਮਦਗੀ ਹੋਈ ਹੈ ਬੰਦੇ ਦੀ? ਇਹ ਪਿੰਡ ਚੱਕਰ ਹੈ, ਚੱਕਰ ਪਿੰਡ ਜ਼ਿਲ੍ਹਾ ਜਗਰਾਓ। ਅਤੇ ਕੁਛ ਮੁੱਢਲੀ ਜਾਂਚ ਪਤਾ ਲੱਗਿਆ ਵੀ ਕੀ ਕਾਰਨ ਸੀ ਇਹਨੂੰ ਅਗਵਾ ਕਰਨ ਦਾ? ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ, ਜੋ ਵੀ ਫੈਕਟ ਸਾਹਮਣੇ ਆਏ। ਇਹਦੀ ਵਾਈਫ ਨੂੰ ਛੱਡ ਗਏ ਸੀ, ਇਹਨੂੰ ਇਕੱਲੇ ਨੂੰ ਲੈ ਕੇ ਗਏ ਜੀ ਨਾਲ ਕਿ ਦੋਨਾਂ ਨੂੰ ਲੈ ਕੇ ਗਏ? ਇਹਨੂੰ ਇਕੱਲੇ। ਹੁਣ ਕੀ ਕਾਰਵਾਈ? ਦੋਸ਼ੀ ਜਿਹੜਾ ਇੱਕ ਫੜਿਆ ਗਿਆ ਹੈਗਾ ਜੀ, ਉਹਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਉਹਦਾ ਪੁਲਿਸ ਸਨਮਾਨ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕਰਕੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਕਿਉਂ ਪਕੜਿਆ ਪੁਲਿਸ ਨੂੰ? ਮੈਂ ਜੀ, ਮੇਰੇ ਨਾਲ ਠੱਗੀ ਹੋਇਆ ਸੀਗੀ ਜੀ, ਜਗਰੂਪ ਸਿੰਘ ਨਾਂ ਦੇ। ਮੈਂ ਉਹਨੂੰ ਲੈ ਕੇ ਆਇਆ ਸੀਗਾ, ਮੈਨੂੰ ਉਹ ਕਹਿੰਦਾ ਸੀਗਾ ਵੀ ਮੈਂ ਪੈਸੇ ਅੱਜ ਦੇ ਦੂੰ ਕੱਲ੍ਹ ਨੂੰ ਦੇ ਦੂੰ, ਮੈਨੂੰ ਲਾਰਾ ਲਾਈ ਜਾਂਦਾ ਸੀਗਾ। ਉਹ ਮੈਨੂੰ ਉਲਟਾ ਪੁਲਿਸ ਰਿਵੋਲਵਰ ਦਿਖਾ ਕੇ ਕਹਿੰਦਾ ਸੀਗਾ ਮੇਰੇ ਨਾਲ ਅਫਸਰ ਆਏ ਆ, ਧਮਕੀ ਦਿੰਦਾ ਸੀਗਾ। ਕਿਡਨੈਪ ਕੀਤਾ ਸੀ ਰਾਤੀ ਉਦੋਂ? ਹਾਂਜੀ, ਮੈਂ ਲੈ ਕੇ ਆਉਂਦਾ ਸੀਗਾ ਜੀ, ਕਿਡਨੈਪ ਨਹੀਂ, ਘਰੇ ਲੈ ਕੇ ਆਉਂਦਾ। ਕਿਡਨੈਪ ਕੀਤਾ ਸੀਗਾ ਘਰੇ ਲੈ ਕੇ ਆਉਂਦਾ? ਤੁਸੀਂ ਕੁੱਟਮਾਰ ਕਰਕੇ ਉਹਨੂੰ ਕਿਡਨੈਪ ਕੀਤਾ ਜੀ? ਕੁੱਟਮਾਰ ਕੀਤੀ ਸੀ? ਕੁੱਟਮਾਰ ਨਹੀਂ ਨਹੀਂ ਕੀਤੀ ਜੀ। ਕਿੰਨੇ ਜਣੇ ਸੀ? ਅਸੀਂ ਤਿੰਨ ਘਰ ਜਾਣੇ ਸੀ। ਹਰਪਾਲ ਸਿੰਘ, ਦਿਵਯ ਪੰਜਾਬ ਟੀਵੀ, ਮੋਗਾ।